ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਆਪਣੀ ਗੱਲਬਾਤ ਦਾ ਵਿਸ਼ਾ ਇੱਕ ਲੇਖ ਦੇ ਨਾਲ ਸੰਬੰਧਿਤ ਹੈ ਜੋ ਤਕਰੀਬਨ ਹਰ ਇੱਕ ਅਖਬਾਰ ਵਿੱਚ ਛਪ ਚੁੱਕਿਆ ਹੈ। ਇਸ ਲੇਖ ਦੇ ਵਿੱਚ ਲਿਖਿਆ ਹੋਇਆ ਹੈ ਕਿ ਹਾੜ ਦੇ ਮਹੀਨੇ ਵਿੱਚ ਆਉਣ ਵਾਲੇ ਕੁਛ ਸੁਪਨੇ, ਜਿਸ ਇਨਸਾਨ ਨੂੰ ਇਹ ਆਉਂਦੇ ਨੇ ਉਹ ਇਨਸਾਨ ਤਰੱਕੀ ਦੀ ਰਾਹ ਤੇ ਹੁੰਦਾ ਹੈ। ਇਸ ਤੋਂ ਉਪਰੰਤ ਸਾਨੂੰ ਕਈ ਲੋਕਾਂ ਦੇ ਮੈਸੇਜ ਆਏ ਨੇ ਕਿ ਕੀ ਇਹ ਗੱਲ ਸੱਚ ਹੈ, ਜੇ ਸੱਚ ਤਾਂ ਕਿੰਨੀ ਕੁ ਹੱਦ ਤੱਕ ਸੱਚ ਹੈ, ਤੇ ਜੇ ਕੁਛ ਹੋਰ ਹੈ ਤਾਂ ਇਹ ਵਹਿਮ ਭਰਮ ਹੈ ਤਾਂ ਉਹ ਕਿਵੇਂ ਹੈ। ਸੋ ਇਹੀ ਆਪਣੀ ਗੱਲਬਾਤ ਦਾ ਵਿਸ਼ਾ ਰਹੇਗਾ। ਪਹਿਲਾਂ ਆਪਾਂ ਝਾਤ ਮਾਰ ਲਵਾਂਗੇ ਕਿ ਕਿਹੜੇ ਸੁਪਨੇ ਦੀ ਉਹਨਾਂ ਗੱਲ ਕੀਤੀ ਹੈ, ਤੇ ਫਿਰ ਆਪਾਂ ਸੱਚ ਜਾਣਨ ਦੀ ਕੋਸ਼ਿਸ਼ ਕਰਾਂਗੇ। ਲਿਖਾਰੀ ਲਿਖਦਾ ਹੈ ਕਿ ਹਾੜ ਗਰਮੀ ਦਾ ਮਹੀਨਾ ਹੁੰਦਾ ਹੈ। ਇਸ ਮਹੀਨੇ ਨੂੰ ਬਹੁਤ ਸਾਰੇ ਲੋਕ ਕਮਾਈ ਦਾ, ਤਰੱਕੀ ਦਾ ਮਹੀਨਾ ਮੰਨਦੇ ਨੇ, ਪਰ ਜੇਕਰ ਅਸੀਂ ਗੌਰ ਨਾਲ ਦੇਖੀਏ ਤਾਂ ਇਸ ਮਹੀਨੇ ਦੇ ਵਿੱਚ ਲੋਕ ਧਾਰਮਿਕ ਪੱਖ ਤੋਂ ਬਹੁਤ ਸਾਰੀਆਂ ਛਬੀਲਾਂ ਲਾਉਂਦੇ ਨੇ, ਕਿਤੇ ਕਿਤੇ ਲੰਗਰ ਵੀ ਲੱਗਦੇ ਨੇ, ਕਿਤੇ ਜੱਗ ਲੱਗਦੇ ਨੇ, ਕਿਤੇ ਦੇਗਾਂ ਲਾਈਆਂ ਜਾਂਦੀਆਂ ਨੇ, ਤੇ ਨਵੀਆਂ ਫਸਲਾਂ ਦਾ, ਕਮਾਈਆਂ ਦਾ ਇਹ ਮਹੀਨਾ ਹੈ ਹਾੜ ਦਾ ਮਹੀਨਾ। ਉਸ ਤੋਂ ਉਪਰੰਤ ਲਿਖਾਰੀ ਲਿਖਦਾ ਕਿ ਕੁਛ ਸੁਪਨੇ ਬਹੁਤ ਖਾਸ ਨੇ, ਉਹ ਉਸੇ ਇਨਸਾਨ ਨੂੰ ਆਉਂਦੇ ਨੇ ਜਿਸਨੇ ਭਵਿੱਖ ਦੇ ਵਿੱਚ ਤਰੱਕੀ ਦਾ ਰਾਹ ਫੜਨਾ ਹੋਵੇ, ਭਾਵ ਆਉਣ ਵਾਲੇ ਸਮੇਂ ਵਿੱਚ ਅਮੀਰ ਹੋਣਾ ਹੋਵੇ। ਅਗਲੀ ਗੱਲ ਉਹ ਕਰਦਾ ਕਿ ਸਭ ਤੋਂ ਪਹਿਲਾਂ ਜਿਹੜਾ ਸੁਪਨਾ ਹੈ ਉਹ ਜਿਸ ਕਿਸੇ ਇਨਸਾਨ ਦੇ ਸੁਪਨੇ ਦੇ ਵਿੱਚ ਧਾਰਮਿਕ ਯਾਤਰਾ ਚੱਲ ਰਹੀ ਹੋਵੇ, ਧਾਰਮਿਕ ਸਥਾਨ ਆ ਰਹੇ ਹੋਣ, ਧਾਰਮਿਕ ਸਥਾਨ ਤੋਂ ਭਾਵ ਹੈ ਕਿ ਕੋਈ ਗੁਰਦੁਆਰਾ ਸਾਹਿਬ, ਕੋਈ ਮੰਦਿਰ, ਕੋਈ ਮਸਜਿਦ, ਜਿਸ ਵੀ ਧਰਮ ਦੇ ਨਾਲ ਸੰਬੰਧਿਤ ਇਨਸਾਨ ਹੈ ਉਸ ਧਰਮ ਦੇ ਸੁਪਨੇ ਆ ਰਹੇ ਹੋਣ, ਤਾਂ ਉਹ ਇਨਸਾਨ ਭਵਿੱਖ ਵਿੱਚ ਤਰੱਕੀ ਕਰੇਗਾ, ਉਹ ਇਨਸਾਨ ਬਹੁਤ ਜਲਦੀ ਅਮੀਰ ਹੋਣ ਵਾਲਾ ਹੋਵੇਗਾ। ਇਹ ਗੱਲ ਪਹਿਲੇ ਦਾਅਵੇ ਵਿੱਚ ਕੀਤੀ ਜਾਂਦੀ ਹੈ। ਦੂਜੇ ਸੁਪਨੇ ਦੇ ਵਿੱਚ ਜ਼ਿਕਰ ਕੀਤਾ ਜਾਂਦਾ ਹੈ ਕਿ ਨਦੀ ਦਾ ਸੁਪਨਾ ਆਉਣਾ, ਦਰਿਆ ਦਾ ਸੁਪਨਾ ਆਉਣਾ ਜਾਂ ਸਮੁੰਦਰ ਦਾ ਸੁਪਨਾ ਆਉਣਾ। ਇਸ ਦੇ ਨਾਲ ਹੀ ਨਾਲ ਜੇਕਰ ਕੋਈ ਆਦਮੀ ਆਪਣੇ ਸੁਪਨੇ ਦੇ ਵਿੱਚ ਪਾਣੀ ਪੀ ਰਿਹਾ ਹੋਵੇ ਤਾਂ ਇਹ ਵੀ ਭਵਿੱਖ ਦੇ ਵਿੱਚ ਅਮੀਰ ਹੋਣ ਦੀ ਨਿਸ਼ਾਨੀ ਹੈ। ਮੁੱਖ ਤੌਰ ਤੇ ਇਹੀ ਬਹੁਤੇ ਲੇਖਾਂ ਦੇ ਵਿੱਚ ਲਿਖਿਆ ਗਿਆ। ਸਭ ਤੋਂ ਪਹਿਲੀ ਗੱਲ ਜਿਹੜੀ ਉਸਨੇ ਦਾਅਵਾ ਕੀਤਾ ਹੈ ਧਾਰਮਿਕ ਸਥਲ ਤੇ ਜਾਣ ਦਾ। ਧਾਰਮਿਕ ਸਥਲ ਤੇ ਜਾਣ ਦਾ ਸੁਪਨਾ ਇਨਸਾਨ ਨੂੰ ਆ ਸਕਦਾ ਹੈ, ਜਾਂ ਤਾਂ ਉਹ ਕਿਸੇ ਧਾਰਮਿਕ ਯਾਤਰਾ ਤੋਂ ਪਰਤਿਆ ਹੋਵੇ, ਜਾਂ ਫਿਰ ਕਿਸੇ ਨਾਲ ਸਲਾਹ ਮਸ਼ਵਰਾ ਕਰ ਰਿਹਾ ਹੋਵੇ ਕਿ ਆਪਾਂ ਫਲਾਣਾ ਕੰਮ ਨਿਪਟਾ ਕੇ ਜਾਂ ਭਵਿੱਖ ਦੇ ਵਿੱਚ ਆਪਾਂ ਫਲਾਣੀ ਫਲਾਣੀ ਥਾਂ ਤੇ ਜਾ ਕੇ ਆਉਣਾ ਹੈ। ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਵੇਗਾ ਜਿਹੜਾ ਸੁਪਨਿਆਂ ਦਾ ਵਿਸ਼ਾ ਹੈ ਉਹ ਸਾਡੇ ਅਨਕੌਂਸ਼ੀਅਸ ਮਾਈਂਡ ਦੇ ਨਾਲ ਸੰਬੰਧਿਤ ਹੈ। ਸਵੈ ਚਾਲਕ ਦਿਮਾਗ ਜਿਹੜਾ ਸਾਡੇ ਕਾਬੂ ਤੋਂ ਬਾਹਰ ਰਹਿੰਦਾ ਹੈ, ਉੱਥੇ ਸੁਪਨੇ ਆਪੇ ਹੀ ਆ ਜਾਂਦੇ ਨੇ। ਜਿਹੜੀ ਗੱਲ ਆਪਾਂ ਰਾਤ ਨੂੰ ਕਰਕੇ ਸੁੱਤੇ ਹੋਈਏ, ਕਿਸੇ ਨਾਲ ਸਲਾਹ ਮਸ਼ਵਰਾ ਕੀਤਾ ਹੋਵੇ ਜਾਂ ਖੁਦ ਦੇ ਮਨ ਵਿੱਚ ਖਿਆਲ ਹੋਵੇ, ਤਾਂ ਬਹੁਤ ਜ਼ਿਆਦਾ ਚਾਂਸ ਹੁੰਦੇ ਨੇ ਅਜਿਹਾ ਸੁਪਨਾ ਆਉਣ ਦੇ। ਦੂਜੇ ਸੁਪਨੇ ਦੀ ਗੱਲ ਨਦੀ, ਦਰਿਆ ਜਾਂ ਪਾਣੀ ਪੀਣ ਦਾ, ਅਕਸਰ ਤੁਸੀਂ ਦੇਖੋ ਰਾਤ ਵੇਲੇ ਜਦੋਂ ਸਾਨੂੰ ਪਿਆਸ ਲੱਗੀ ਹੁੰਦੀ ਹੈ, ਸਾਡੀ ਨੀਂਦ ਟੁੱਟਣ ਤੋਂ ਪਹਿਲਾਂ ਉਸ ਦੇ ਨਾਲ ਸੰਬੰਧਿਤ ਸੁਪਨਾ ਆਏਗਾ ਤਾਂ ਉਹ ਪਾਣੀ ਦੇ ਨਾਲ ਰਿਲੇਟਡ ਸੁਪਨਾ ਹੋਵੇਗਾ। ਨਦੀ ਦਾ ਸੁਪਨਾ, ਦਰਿਆ ਦਾ ਸੁਪਨਾ ਜਾਂ ਭੱਜਣ ਦਾ ਸੁਪਨਾ, ਇਹ ਬਹੁਤ ਜ਼ਿਆਦਾ ਲੋਕਾਂ ਨੂੰ ਆਉਂਦਾ ਹੈ। ਇਹਦੇ ਵਿੱਚ ਵੀ ਕੋਈ ਰਾਜ ਵਾਲੀ ਗੱਲ ਨਹੀਂ। ਇਹ ਨਹੀਂ ਕਿ ਸੁਪਨੇ ਆ ਗਏ ਤਾਂ ਅਮੀਰ ਹੋਣ ਦੀ ਨਿਸ਼ਾਨੀ ਹੈ। ਇਸ ਕਰਕੇ ਇਹ ਸ਼ੰਕਾ ਮਨ ਦੇ ਵਿੱਚੋਂ ਕੱਢ ਦਈਏ, ਇਹ ਬਿਲਕੁਲ ਸਧਾਰਨ ਚੀਜ਼ ਹੈ। ਲਿਖਾਰੀ ਨੇ ਕਿਤੇ ਨਾ ਕਿਤੇ ਆਪਾਂ ਨੂੰ ਮਿਸਗਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਵੀ ਦੇਖੋ, ਕੁਝ ਸੁਪਨੇ ਜਿਹੜੇ ਤਕਰੀਬਨ ਦੁਨੀਆਂ ਦੇ ਹਰ ਇੱਕ ਇਨਸਾਨ ਨੂੰ ਆਉਂਦੇ ਨੇ। ਕਈ ਵਾਰ ਆਪਾਂ ਸੌਣ ਲੱਗਦੇ ਹਾਂ, 5-7 ਮਿੰਟ ਹੁੰਦੇ ਆ, ਬਾਲੀ ਡੂੰਘੀ ਆਪਾਂ ਨੀਂਦ ਦੇ ਵਿੱਚ ਨਹੀਂ ਹੁੰਦੇ, ਉਦੋਂ ਕਈ ਵਾਰੀ ਸਾਨੂੰ ਝਟਕੇ ਦਾ ਸੁਪਨਾ ਆਉਂਦਾ ਕਿ ਅਸੀਂ ਕਿਤੋਂ ਡਿੱਗੇ ਹਾਂ। ਇੱਕਦਮ ਬੰਦਾ ਤ੍ਰਿਪਕ ਕੇ ਉੱਠਦਾ। ਇਸੇ ਨਾਲ ਸੰਬੰਧਿਤ ਅਗਲੀ ਗੱਲ ਹੈ, ਪਾਣੀ ਦਾ ਸੁਪਨਾ, ਨਹਿਰ ਦਾ ਸੁਪਨਾ ਆਮ ਹੀ ਆਪਣੇ ਲੋਕਾਂ ਨੂੰ ਆ ਜਾਂਦਾ ਹੈ। ਅਗਲੀ ਗੱਲ ਹੈ ਧਾਰਮਿਕ ਸਥਾਨ ਦਾ ਸੁਪਨਾ, ਜਾਂ ਫਿਰ ਕਿਤੇ ਵੀ ਜਾਣ ਆਉਣ ਦਾ ਸੁਪਨਾ ਉਦੋਂ ਆਉਂਦਾ ਜਦੋਂ ਆਪਾਂ ਕਿਸੇ ਨਾਲ ਸਲਾਹ ਮਸ਼ਵਰਾ ਕਰਦੇ ਹੋਈਏ ਜਾਂ ਗੱਲ ਕਰਦੇ ਹੋਈਏ। ਤੇ ਇਹ ਸੁਪਨੇ ਇਹ ਨਹੀਂ ਕਿ ਸਿਰਫ ਅਮੀਰਾਂ ਨੂੰ ਜਾਂ ਅਮੀਰ ਹੋਣ ਵਾਲੇ ਲੋਕਾਂ ਨੂੰ ਆਉਂਦੇ ਨੇ, ਇਹ ਹਰ ਕਿਸੇ ਨੂੰ ਆ ਸਕਦੇ।